25 ਮਈ 2014 ਨੂੰ ਬੱਚਾ ਗਿਆ ਸੀ LIC ਦਾ, ਬਸ ਤੇ ਫੋਨ ਆਇਆ ਸੀ ਉਹਨੂੰ ਗਿਰਨਾ ਪਿਆ ਸੀ, ਦੱਸ ਸਾਢੇ ਦੱਸ ਦਾ ਗਿਆ, ਅਜੇ ਤੱਕ ਕੋਈ ਪਤਾ ਨਹੀਂ ਚੱਲਿਆ। ਦੋ ਸਾਲ ਅਸੀਂ ਲਗਾਤਾਰ ਦਸਵੇਂ ਤੇ ਬੈਠੇ ਰਹੇ ਕੁਤਵਾਲੀ ਦੇ ਬਾਅਦ, ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਆਪਣੇ ਪੁੱਤ ਦੀ ਫੋਟੋ ਹੱਥ ਵਿੱਚ ਲੈ ਕੇ ਮਾਯੂਸ ਬੈਠੀ ਇਹ ਬਦਨਸੀਬ ਮਾਂ ਜੋ ਤੁਸੀਂ ਵੇਖ ਰਹੇ ਹੋ, ਇਹ ਬਦਨਸੀਬ ਅੱਜ ਤੱਕ ਆਪਣੇ ਪੁੱਤ ਦੀ ਉਡੀਕ ਵਿੱਚ ਬੈਠੀ ਹੈ, ਪਰ ਹਲੇ ਤੱਕ ਇਸ ਮਾਂ ਦਾ ਲਾਲ ਘਰ ਨਹੀਂ ਆਇਆ। ਕਰੀਬ 5 ਸਾਲ ਪਹਿਲਾਂ ਭੇਦ ਭਰੀ ਹਾਲਤ ਵਿੱਚ ਲਾਪਤਾ ਹੋਏ ਨੌਜਵਾਨ ਦੀ ਵਾਪਸੀ ਸੰਬੰਧੀ ਪੀੜਿਤ ਪਰਿਵਾਰ ਵੱਲੋਂ ਸਮੇਂ ਦੀਆਂ ਸਰਕਾਰਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਪੰਜਾਬ ਤੇ ਹਰਿਆਣਾ ਹਾਈਕੋਰਟ ਸਮੇਤ CBI ਤੱਕ ਪਹੁੰਚ ਕੀਤੀ ਗਈ, ਪਰ ਹਲੇ ਤੱਕ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ। ਇਸ ਸੰਬੰਧੀ ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਮਈ 2014 ਨੂੰ ਸਵੇਰੇ 11 ਵਜੇ ਘਰ ਨੇੜਿਓ 100 ਗਜ਼ ਦੀ ਦੂਰੀ ਤੇ ਹੀ ਉਹਨਾਂ ਦਾ ਬੇਟਾ ਭੇਦ ਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਸੀ, ਜਿਸ ਦਾ ਸ਼ੱਕ ਪੀੜਤ ਪਰਿਵਾਰ ਨੇ ਉਸੇ ਦੀ ਹੀ ਕੰਪਨੀ ਦੇ ਅਧਿਕਾਰੀਆਂ ਉੱਤੇ ਜਤਾਇਆ। 25 ਮਈ 2014 ਨੂੰ ਬੱਚਾ ਗਿਆ ਸੀ LIC ਦਾ, ਬਸ ਤੇ ਫੋਨ ਆਇਆ ਸੀ ਉਹਨੂੰ ਗਿਰਨਾ ਪਿਆ ਸੀ, ਦੱਸ ਸਾਢੇ ਦੱਸ ਦਾ ਗਿਆ, ਅਜੇ ਤੱਕ ਕੋਈ ਪਤਾ ਨਹੀਂ ਚੱਲਿਆ। ਦੋ ਸਾਲ ਅਸੀਂ ਲਗਾਤਾਰ ਧਰਨੇ ਤੇ ਬੈਠੇ ਰਹੇ ਕੁਤਵਾਲੀ ਦੇ ਬਾਅਦ, ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਅਸੀਂ CBI ਦੀ ਮੰਗ ਕੀਤੀ, ਚੱਲ CBI ਸਾਨੂੰ ਮਿਲ ਗਈ, ਪਰ CBI ਵੀ ਕੁਛ ਨਹੀਂ ਕਰ ਰਹੀ। ਬਹੁਤ ਵਾਰੀ ਕਹਿ ਲਿਆ, ਜਦੋਂ ਫੋਨ ਕਰਦੇ ਹਾਂ ਜੀ ਕਰਦੇ ਪਏ ਹਾਂ, ਅਸੀਂ ਹੁਣ ਵੀ ਪੁੱਛਿਆ ਪਿੱਛੇ ਦੇ ਵੀ ਤੁਸੀਂ ਕੀਤਾ ਕੀ ਹੈ, ਸਾਨੂੰ ਕੁਛ ਤਾਂ ਦੱਸੋ। ਕਹਿੰਦੇ ਇਹਦਾ ਜਵਾਬ ਅਸੀਂ ਤੁਹਾਨੂੰ ਨਹੀਂ ਦੇ ਸਕਦੇ, ਅਸੀਂ ਪਟਿਆਲਾ ਸਾਰਾ ਕੋਰਟ ਦੇ ਦੇਣਾ, ਉੱਥੇ ਜਾ ਕੇ ਪੁੱਛ ਲਓ। ਸਾਨੂੰ ਕੀ ਫਾਇਦਾ ਹੋਇਆ, ਇੰਨੇ ਧੱਕੇ ਖਾਣ ਤੋਂ, ਕੁਛ ਤਾਂ ਸਾਨੂੰ ਦੱਸਣ ਕੀ ਹੈ, ਕਿਵੇਂ ਹੈ, ਕਿੱਥੇ ਹੈ। ਇਹ ਤਾਂ ਹੈ ਨਹੀਂ ਕੋਈ ਛੋਟੀ ਮੋਟੀ ਚੀਜ਼ ਹੈ ਜਿਹੜੀ ਕਿ ਗੁੰਮ ਗਈ ਤਾਂ ਮਿਲਦੀ ਨਹੀਂ। ਤੁਹਾਡਾ ਜਵਾਨ ਬੱਚਾ, ਤੁਹਾਡਾ ਲੜਕਾ ਕੀ ਕੰਮ ਕਰਦਾ ਸੀ? ਉਹ SIS ਪ੍ਰੋਸੀਜਰ ਕੰਪਨੀ 'ਚ ATM ਦਾ ਪਾਸ ਉਹ ਕਰਦਾ ਸੀ, ਮਨੀ ਲੋਡਰ। ਤੇ ਅੱਜ ਉਹਨਾਂ ਨੂੰ ਕਿੰਨੇ ਸਾਲ ਹੋ ਚੁੱਕੇ ਆ? ਉਹਨਾਂ ਨੂੰ ਕੱਲ ਪੂਰੇ 5 ਸਾਲ ਹੋ ਚੁੱਕੇ, 25 ਮਹੀਨੇ। ਕਿੰਨੀ ਉਮਰ ਸੀ ਉਹਦੀ? ਉਹਦੀ ਉਸ ਟਾਈਮ 27 ਸਾਲ। ਤੁਹਾਡੇ ਕਿੰਨੇ ਬੱਚੇ ਆ? 2 ਬੇਟੀਆਂ 2 ਬੇਟੇ, ਉਹ ਵੱਡਾ ਬੇਟਾ ਸੀ, ਇੱਕ ਛੋਟਾ। ਕੋਈ ਹੋਰ ਵੀ ਬਿਜ਼ਨਸ ਸੀਗਾ ਤੁਹਾਡੇ ਲੜਕੇ ਦਾ, ਮਨੋਜ ਦਾ? LIC ਦਾ ਨਾਲ ਕਰਦਾ ਸੀ, LIC ਦਾ ਏਜੰਟ ਸੀਗਾ ਨਾਲ। LIC ਦਾ ਸੀਗਾ। ਤੇ ਹੁਣ ਜੇ ਤੁਹਾਡੀ ਗੱਲ ਹਜੇ ਚੱਲਦੀ ਪਈ ਹੈ, ਤੁਹਾਡੀ ਗੱਲ ਮੈਂ ਵਿੱਚੋਂ ਇੱਕ ਵਾਰੀ ਬੰਦ ਕਰ ਰਿਹਾ, ਜਦੋਂ ਤੁਹਾਨੂੰ ਹੁਣ ਜਿਹੜੀ ਜਸਪਾਲ ਨਾਂ ਦਾ ਲੜਕਾ ਹੈ, ਤੁਹਾਨੂੰ ਪਤਾ ਹੈ ਵੀ ਇੱਕ ਪੁਲਿਸ ਵਾਲੇ ਚੱਕ ਕੇ ਜਿਹੜਾ ਮਾਰਿਆ ਗਿਆ, ਉਹ ਨਹਿਰ 'ਚ ਸੁੱਟ ਦਿੱਤਾ, ਉਹ ਵੀ CBI ਦੀ ਜਾਂਚ ਮੰਗ ਰਹੇ ਆ, ਕੀ ਤੁਹਾਨੂੰ ਲੱਗਦਾ ਜੇ CBI ਜਾਂਚ ਉਹ ਲੈ ਲੈਣਗੇ ਤਾਂ ਉਹਨਾਂ ਨੂੰ ਕੋਈ ਇਨਸਾਫ ਮਿਲ ਜੂਗਾ? ਮੈਨੂੰ ਤਾਂ ਕੁਛ ਨਹੀਂ ਲੱਗ ਰਿਹਾ, ਇਹ ਸਭ ਇੱਕ ਹੈ ਪੁਲਿਸ ਕੋਈ ਹੈ, ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਇੱਥੇ। ਜੇ ਪੁਲਿਸ ਰਕਸ਼ ਚੰਗੀ ਹੋਵੇ ਤਾਂ ਇੱਥੇ ਕੁਛ ਵੀ ਨਹੀਂ ਹੋ ਸਕਦਾ। ਬਾਹਰ ਜਾ ਕੇ ਦੇਖੋ, ਲੋਕ ਬਾਹਰ ਕਿਉਂ ਜਾਂਦੇ ਪਏ, ਉੱਥੇ ਪੂਰੀ ਪਰਸਨੈਲ ਹੈਗੀ। ਇੱਥੇ ਜਿਹੜੇ ਪੁਲਿਸ ਕਰਮਚਾਰੀ ਹੈ, ਕੋਈ ਸੁਰੱਖਿਆ ਨਹੀਂ, ਕੋਈ ਕੁਛ ਨਹੀਂ, ਕੁਛ ਨਹੀਂ ਕਰਦੇ ਇਹ। ਤੁਸੀਂ ਗੱਲ ਕੀਤੀ ਹੈ ਪੁਲਿਸ ਚੰਗੀ ਹੋਵੇ, ਤੁਹਾਨੂੰ ਵੀ ਲੱਗਦਾ ਫਿਰ ਜੇ ਪੁਲਿਸ ਚੰਗੀ ਹੋਵੇ ਤਾਂ CBI ਦੀ ਲੋੜ ਨਹੀਂ ਹੈਗੀ? ਹਾਂ, ਨਾ ਤਾਂ ਹੁਣ ਸਾਰੇ ਇੱਕੋ ਹੋਏ ਪਏ, ਤਾਂ ਜਾਂ ਪੁਲਿਸ ਲੈ ਲਓ, CBI ਲੈ ਲਓ, ਕੋਈ ਲੈ ਲਓ। ਜਿਹੜੇ CBI ਦੇ ਅਧਿਕਾਰੀ ਹੈਗੇ, ਕੀ ਨਾਮ ਆ ਉਹਨਾਂ ਦਾ? ਉਹਨਾਂ ਦਾ ਉਹ CBI ਦਵਿੰਦਰ ਸਿੰਘ। ਕਿੱਥੋਂ ਤੁਹਾਡੇ ਕੋਲ ਇੰਸਪੈਕਟਰ ਆ? ਇੰਸਪੈਕਟਰ ਚੰਡੀਗੜ੍ਹ, ਚੰਡੀਗੜ੍ਹ ਤੋਂ। ਹਾਂ, CBI ਇੰਸਪੈਕਟਰ ਹੈ। CBI ਇੰਸਪੈਕਟਰ ਹੈ। ਹੁਣ ਉਹ ਤੁਹਾਡੇ ਨਾਲ ਕੀ ਕਹਿੰਦੇ ਤੁਹਾਨੂੰ ਜੀ, ਕੀ ਭਰੋਸਾ ਦਿੰਦੇ ਤੁਹਾਨੂੰ? ਕਰੀ ਜਾਂਦੇ ਜੀ, ਸਾਡੇ ਕੋਲ ਉਹ ਹੈ ਨਹੀਂ ਸਟਾਫ। ਉਹਨਾਂ ਨੇ 24 ਜਨਵਰੀ 2019 ਨੂੰ ਸਾਨੂੰ ਲੈਟਰ ਭੇਜੀ ਹੈ, ਉਹਦੇ 'ਚ ਲਿਖਿਆ ਜੀ ਸਾਡੇ ਕੋਲ ਸਟਾਫ ਦੀ ਕਮੀ ਹੈ। ਕੀ ਸਾਡੇ ਵਾਸਤੇ ਕਮੀ ਹੈ? ਜੇ ਸਟਾਫ ਦੀ ਕਮੀ ਹੈ, ਹਾਂ, ਤੇ ਅਸੀਂ ਤੁਹਾਨੂੰ ਕੋਈ ਇਨਸਾਫ ਹੈ ਫਿਲਹਾਲ ਨਹੀਂ? ਹਜੇ ਕੁਛ ਨਹੀਂ ਕਰ ਸਕਦੇ, ਬਸ ਸਾਨੂੰ ਤਾਂ ਸਮਝ, ਜਦੋਂ ਵੀ ਅਸੀਂ ਕੁਛ ਜ਼ਿਆਦਾ ਕਹਿੰਦੇ ਹਾਂ ਵੀ ਦੇਖੋ ਸਾਡਾ ਕੰਮ ਨਹੀਂ ਹੋ ਰਿਹਾ, ਕੁਛ ਤਾਂ ਦੱਸੋ ਸਾਨੂੰ। 5 ਸਾਲ ਹੋ ਗਏ, 3 ਸਾਲ ਤਾਂ CBI ਕੋਲ ਵੀ ਹੋ ਗਏ, ਵੀ ਕੁਛ ਤਾਂ ਕਲਿਊ, ਸਾਰਾ ਕੁਛ ਕਲਿਊ, ਇੱਕ ਇੱਕ ਚੀਜ਼ ਜੋ ਵੀ ਰਿਪੋਰਟ ਸੀ ਸਾਰਾ ਗੁੜੀਆਂ ਨੇ ਇੱਕ ਇੱਕ ਚੀਜ਼ ਦੱਸੀ ਹੈ। ਉਹਨਾਂ ਨੇ ਕੀਤਾ ਕੀ ਹੈ, ਅਸੀਂ ਉਹ ਟੈਸਟ ਕਰਾ ਲਏ,
ਲਾਈਫ ਡਾਕਟਰ ਸਾਨੂੰ ਕੀ ਪਤਾ ਕਰਾਇਆ ਜਾਂ ਨਹੀਂ ਕਰਾਇਆ, ਅਸ ਤਾਂ ਨਾਲ ਨਹੀਂ ਸੀ। ਅੱਛਾ, ਜਿਨ੍ਹਾਂ 'ਤੇ ਤੁਸੀਂ ਦੋਸ਼ ਲਾਏ ਸੀਗੇ ਉਹ ਜਿਹੜੇ ਤੁਸੀਂ ਐੱਫ ਆਈ ਆਰ ਦੇ ਵਿੱਚ ਐੱਫ ਆਈ ਆਰ ਕੱਟੀ ਹੋਈ ਹੈ, ਅਤੇ ਕਿੰਨੇ ਜਣੇ 'ਤੇ ਤੁਹਾਡੇ ਵੱਲ ਦੋਸ਼ ਲਾਏ ਗਏ ਸੀ ਵੀ ਇਹ ਬੰਦਿਆਂ ਨੂੰ ਪਤਾ ਹੈ ਸਾਡੇ, ਉਹਨਾਂ ਨੂੰ ਪੁੱਛ ਪੜਤਾਲ ਕੀਤੀ? ਹਾਂ, ਜਿਹੜੇ ਇਹਦੇ ਨਾਲ ਕੰਮ ਕਰਦੇ ਸੀ, ਜਾਂ ਇਹਦਾ ਡਰਾਈਵਰ ਇੱਕ ਸੀਗਾ ਰਜਿੰਦਰ, ਬਲਵੀਰ ਵਸਤੀ ਗਲੀ ਨੰਬਰ 1 'ਚ ਰਹਿੰਦਾ। ਕਿੱਥੇ ਰਹਿੰਦੇ ਜੀ? ਬਲਵੀਰ ਵਸਤੀ, ਫਰੀਦਕੋਟ। ਫਰੀਦਕੋਟ ਵਿੱਚ ਰਹਿੰਦੇ, ਠੀਕ ਹੈ। ਹਾਂਜੀ, ਤਾਂ ਉਹ 15 ਦਿਨ ਪਹਿਲੇ ਇਹਦੇ ਕੋਲ ਸੈਲਰੀ ਲੈਣ ਆਇਆ ਸੀ, ਕਿਉਂ ਸੈਲਰੀ ਮਨੋਜ ਦਿੰਦਾ ਸੀ, ਕੰਪਨੀ ਵਾਲੇ ਇਹਨੂੰ ਪਾਸਬੁੱਕ ਚੈੱਕ ਬੁੱਕ ਦਿੱਤੀ ਹੋਈ ਸੀ। ਹਾਂਜੀ, ਜਦੋਂ ਲੈਣ ਆਇਆ ਘਰ ਆ ਕੇ ਪੈਸੇ ਵੀ ਲੈ ਕੇ ਧਮਕੀ ਦੇ ਕੇ ਗਿਆ ਸੀ, ਤੈਨੂੰ ਮੈਂ ਤੂੰ ਮੈਨੂੰ ਹਟਾ ਤਾਂ ਦਿੱਤਾ, ਇਹਦੀ ਜਗ੍ਹਾ ਸਿੱਟੂਗਾ ਜਿੱਥੇ ਕਿ ਤੂੰ ਲੱਭਣਾ ਹੀ ਨਹੀਂ। ਇਹ ਗੱਲ ਤੁਹਾਨੂੰ ਕਿਹਨੇ ਦੱਸੀ ਸੀ? ਮੇਰੇ ਸਾਹਮਣੇ ਘਰ ਆ ਕੇ ਜਦੋਂ ਪੈਸੇ ਲੈਣ ਲੜ ਕੇ ਗਏ ਘਰ ਸਾਹਮਣੇ ਆ ਕੇ ਗੱਲ। ਹਾਂ ਹਾਂਜੀ, ਫਿਰ ਜਿਸ ਦਿਨ ਕਿਡਨੈਪ ਹੋਏ ਸਭ ਤੋਂ ਪਹਿਲੇ ਨਾਮ ਹੀ ਅਸੀਂ ਉਹਨਾਂ ਦਿੱਤਾ, ਪਰ ਪੁਲਿਸ ਨੇ ਨਹੀਂ ਮੰਨਿਆ। ਫਿਰ ਜਦੋਂ ਅਸੀਂ ਕਿਹਾ ਤਾਂ ਵੀ ਕੁਛ ਨਹੀਂ ਕੀਤਾ, ਜਦੋਂ ਇਹਨਾਂ ਨੇ ਉਹ ਸਾਰਾ ਵਿੱਚੋਂ ਮੋਬਾਈਲ ਦੀ ਡਿਟੇਲ ਵਗੈਰਾ ਕਢਾਈ, ਤਾਂ ਪੁਲਿਸ ਨੂੰ ਕੁਛ ਪਤਾ ਨਹੀਂ। ਸਾਡੀ ਬੇਟੀ ਨੇ ਖੁਦ ਦੇਖਿਆ, ਉਹਦੇ ਨਾਲ ਲੋਕੇਸ਼ਨ ਹੈ ਸੰਧਮਾ ਦੀ ਦੁਪਹਿਰੇ। ਅੱਛਾ, ਉਹਦੇ ਵਿੱਚ ਜਿਹੜੇ ਤੁਹਾਡੇ ਵੱਲੋਂ ਜਿਹੜੇ ਕਿੰਨੇ ਬੰਦਿਆਂ ਦੇ ਵਿੱਚ ਜਿਹੜਾ ਹੈਗਾ ਐੱਫ ਆਈ ਆਰ ਦੇ ਵਿੱਚ ਨਾਂ ਦਿੱਤਾ? 8-10 ਬੰਦੇ ਸੀ, ਸਾਰੇ ਕੰਪਨੀ ਦੇ ਹੀ ਹੈ, ਜਿਵੇਂ ਇਹਨਾਂ ਦਾ ਬੋਸ ਹੈ ਦੀਪਕ ਸ਼ਰਮਾ। ਜਦੋਂ ਤੁਸੀਂ ਫਸਟਲੀ ਜਾ ਕੇ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ, ਤੇ ਪੁਲਿਸ ਨੇ ਉਦੋਂ ਨਾਲ ਦੀ ਨਾਲ ਧਰ ਪਕੜ ਕੀਤੀ ਕਿਸੇ ਦੀ? ਫੜੇ ਨਹੀਂ, ਉਹ ਤਾਂ ਬਸ ਦੋ ਜਣੇ ਉੱਥੇ ਬੈਠੇ ਸੀ, ਇੱਕ ਤਾਂ ਬਲਜੀਤ ਸੀਗਾ। ਬਲਜੀਤ ਕੌਣ ਸੀ? ਐਸਆਈ ਥਾਣੇਦਾਰ ਕੌਣ ਹੈ ਮੈਨੂੰ ਨਹੀਂ ਪਤਾ, ਉਸ ਟਾਈਮ ਸਾਡਾ ਦਿਮਾਗ ਖਰਾਬ ਸੀ। ਬਾਕੀ ਮੌਕੇ ਤੇ ਜਿਹੜੇ ਆਫੀਸਰ ਸੀ ਉਹਨੇ ਕੁਝ ਨਹੀਂ ਕੀਤਾ? ਨਾ, ਇੱਕ ਉਹ ਸੀ, ਇੱਕ ਹੋਰ ਸੀ ਗੁਰਜੰਟ, ਗੁਰਜੰਟ ਸੀ ਪਤਾ ਨਹੀਂ ਕੌਣ ਸੀ, ਗੁਰਮੇਲ, ਗੁਰਮੇਲ ਸੀ, ਦੋ ਜਣੇ ਸੀ। ਠੀਕ ਹੈ, ਉੱਥੇ ਬੈਠੇ ਛੋਲੇ ਖਾਈ ਜਾਂਦੇ ਆ, ਅਸੀਂ ਰੋ ਰੋ ਕੇ ਪੁਕਾਰ ਕਰ ਜਾਂਦੇ ਇਹਦੇ ਪਾਪਾ ਔਰ ਮੈਂ। ਮੈਂ ਕਿਹਾ ਸਰ ਐਵੇਂ ਕਰਕੇ ਗੱਲ ਹੈ, ਅਸੀਂ 24 ਘੰਟੇ ਲਿਖ ਨਹੀਂ ਸਕਦੇ ਰਿਪੋਰਟ, ਤੁਹਾਡਾ ਬੱਚਾ ਕੁੜੀ ਲੈ ਕੇ ਵੱਜ ਗਿਆ ਉਹਨੇ, ਤੁਹਾਨੂੰ ਪਤਾ ਨਹੀਂ ਬੱਚੇ ਜਦੋਂ ਗਲਤੀਆਂ ਕਰ ਲੈਂਦੇ ਬਾਅਦ ਮਾਂ ਪਿਓ ਕਹਿੰਦਾ ਸਾਡੇ ਬੱਚੇ ਨੇ ਗਲਤੀ ਕੀਤੀ ਹੈ। ਮੈਂ ਕਿਹਾ ਦੇਖੋ ਜੀ, ਮੈਂ ਇੱਥੇ ਬੈਠੀ ਹਾਂ, ਤੁਸੀਂ ਸ਼ਹਿਰ 'ਚ ਕਿਸੇ ਮਰਜ਼ੀ ਕੋਲ ਚਲੇ ਜਾਓ, ਮੁਹੱਲੇ 'ਚ ਚਲੇ ਜਾਓ, ਜੇ ਮੇਰਾ ਬੱਚਾ ਗਲਤ ਹੈ, ਮਾਂ ਪਿਓ ਬਾਅਦ ਇਹ ਕਹਿੰਦਾ ਜਦੋਂ ਪਤਾ ਲੱਗਦਾ ਵੀ, ਫਿਰ ਕਹਿੰਦੇ ਸਾਡੇ ਬੱਚੇ ਕੋਲ, ਮੈਂ ਕਿਹਾ ਮੇਰਾ ਬੱਚਾ ਇਹ ਜਿਹਾ ਹੈ ਹੀ ਨਹੀਂ। ਪਰ ਨਹੀਂ ਵਿਸ਼ਵਾਸ ਕੀਤਾ ਉਹਨਾਂ ਨੇ, 24 ਘੰਟੇ ਅਸੀਂ ਰਿਪੋਰਟ ਨਹੀਂ ਲਿਖਣੀ, ਇਹ ਹੈ ਵੋ ਹੈ। ਰਾਤ ਨੂੰ ਅਸੀਂ ਇੱਧਰ ਗਏ, ਜਿਹੜਾ SHO ਸੀਗਾ, ਕੀ ਨਾਮ ਸੀ ਉਹਦਾ, ਜਸਵਰਿੰਦਰ, ਰਾਤ ਨੂੰ ਅਸੀਂ ਉਹਦੀ ਕੋਠੀ 'ਤੇ ਗਏ, ਇੱਡਾ ਰੌਲਾ ਪਾਇਆ, ਅਤੇ ਫਿਰ ਉਹ ਕਹਿੰਦੇ ਆ ਵੀ ਕੀ ਗੱਲ, ਰਜਿੰਦਰ ਨੂੰ ਕਿਉਂ ਨਹੀਂ ਚੱਕ ਕੇ ਆਉਂਦੇ ਵੇ, ਜਾਂ ਉਹਦੇ ਘਰ ਨੂੰ ਚੱਕਿਓ। ਜਦੋਂ ਇੰਨੀ ਗੱਲ ਕੀਤੀ, ਇੰਨੀ ਦਿਨ ਨੂੰ ਰਜਿੰਦਰ ਘਰ ਆ ਗਿਆ ਬੰਦੇ ਲੈ ਕੇ। ਦੇਖੋ ਫਿਰ ਕਿੱਥੋਂ ਆ ਗਿਆ ਰਜਿੰਦਰ, ਪਹਿਲੇ ਤਾਂ ਬਾਹਰ ਸੀ, ਚੰਡੀਗੜ੍ਹ ਸੀ, ਕਦੀ ਕਿੱਥੇ ਸੀ, ਅਤੇ ਫਿਰ ਉਹ ਕਦੋਂ ਆ ਗਿਆ ਇੱਥੇ? ਇਹ ਸਭ ਮਿਲੀ ਭੁਗਤ ਹੈ ਪੁਲਿਸ, ਜੇ ਪੁਲਿਸ ਚਾਹੁੰਦੀ ਸਭ ਕੁਛ ਹੋ ਸਕਦਾ, ਪੁਲਿਸ ਕੁਛ ਨਹੀਂ ਚਾਹ ਰਹੀ। ਬਸ ਅਸੀਂ ਸਭ ਨੂੰ ਮਿਲੇ, ਅਸੀਂ ਬਾਦਲ ਸਾਹਿਬ ਨੂੰ ਮਿਲੇ ਹਾਂ ਚੰਡੀਗੜ੍ਹ ਜਾ ਕੇ, ਕਿੱਕੀ ਸਾਹਿਬ ਨੂੰ ਮਿਲੇ, ਸਭ ਨੂੰ ਮਿਲੇ, ਦਿਲਾਸਾ ਦਿੱਤਾ, ਪਰ ਕੀਤਾ ਕਿਸੇ ਨੇ ਕੁਛ ਨਹੀਂ ਸਾਡਾ। ਮੇਰਾ ਬੇਟਾ ਜੀ ATM 'ਚ ਕੰਮ ਕਰਦਾ ਜੀ, 14 ATM ਦੇ ਪਾਸਵਰਡ ਸੀ, SI ਕੰਪਨੀ ਕੰਮ ਕਰ ਰਿਹਾ ਸੀ ਮਨੀ ਲੋਡਿੰਗ ਦਾ। ਉਹਨੂੰ ਮਨੀ ਲੋਡਿੰਗ ਦੇ 2 ਦਿਨ ਪਹਿਲਾਂ ਉਹਨੂੰ ਧਮਕੀ ਦਿੱਤੀ ਗਈ ਬੌਸ ਵੱਲੋਂ, ਲੈ ਵੀ ਮੈਂ ਜਿੰਨਾ ਸਾਡਾ ਬੱਚਾ, ਮੈਂ ਪੈਸੇ ਇਹਦੇ ਬੇਟੇ ਦੇ ਕੱਟ ਰਹੇ ਸੀਗੇ ATM ਵਿੱਚੋਂ, ਕੱਢਣ ਕਰਕੇ ਇਹ ਬੱਚੇ ਨੇ ਦਿੱਤਾ ਜਵਾਬ ਜੀ। ਮਿਲੀ ਭੁਗਤ ਨਾਲ ਹੀ ਇਹਨਾਂ ਕੰਪਨੀ ਦੇ ਬੰਦਿਆਂ ਨੇ ਪੈਸੇ ਕੱਢਦੇ, ਰੋਜ਼ ਰੋਜ਼ ਕੰਪਲੀਟ ਕੰਪਨੀ ਵੱਲੋਂ ਕੀਤੀਆਂ ਨੇ ਸਾਰਿਆਂ ਨੇ। ਇਹ ਕਹਿੰਦਾ ਮੈਂ ਜਵਾਬ ਨਹੀਂ ਤਾਂ, ਦੋ ਜਿਸ ਦਿਨ ਮਤਲਬ ਕਿਡਨੈਪ ਹੋ ਗਿਆ ਲੜਕਾ, ਸ਼ਾਮ ਨੂੰ 2 ਘੰਟਿਆਂ ਦੀ ਬੌਸ ਨਾਲ ਬਹਿਸ ਹੁੰਦੀ ਰਹੀ, ਲੈ ਵੀ ਮੈਂ ਨਹੀਂ ਅਗਲੇ ਦਿਨ ਆਉਣਾ ਜਾਂ ਦੋ ਜਿਹੜੇ ਪੈਸੇ ਘੱਟਦੇ ਸੀਗੇ, ਉਹ ਪੈਸੇ ਘਟਣ ਤੋਂ ਜਿਹੜੇ ਘਟਦੇ ਸੀ, ਤੇ ਉਹਨਾਂ ਨੇ ਆਪਣੇ ਆਫੀਸਰ ਨੂੰ ਦੱਸਿਆ ਵੀ ਪੈਸੇ ਘਟਦੇ? ਹਾਂਜੀ, ਉਹਨੇ ਡਿਟੇਲ 'ਚ ਆਪਦੇ ਬੌਸ ਨੂੰ ਦੱਸਿਆ ਇਹਨਾਂ ਨੇ, ਕੰਪਨੀ ਨੂੰ ਲਾਇਆ, ਪਰ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ, ਅਤੇ ਉਦੋਂ ਮੁੜ ਕੇ ਇਹਨਾਂ ਕੋਈ ਇਹਨਾਂ ਪਲੇਨਿੰਗ ਦੇ ਵਿੱਚ ਕੋਈ ਸਾਬਤਾ ਬਣਾ ਲਿਆ। 14 ATM ਦੇ ਪਾਸਵਰਡ ਇਹਦੇ ਲੜਕੇ ਕੋਲ ਸੀ, ਜੋ ਕਿ 16 ਨੰਬਰ ਦੇ ਪਾਸਵਰਡ ਸੀ, ਅੱਧੇ ਇਹ ਲੜਕਾ ਲਾਉਂਦਾ, ਅੱਧੇ ਇਹਦਾ ਬੌਸ ਲਾਉਂਦਾ ਸੀਗਾ, ਅਤੇ ਬਾਕੀ ਇਹਦੀ ਟੀਮ ਨਾਲ ਜਾਂਦੀ ਸੀ। ਹੁਣ ਇਹ ਨਹੀਂ ਪਤਾ
ਇਹ ਕਿਸੇ ਥਰਡ ਬੰਦੇ ਕੋਲੇ ਪਾਸਵਰਡ ਦੇ ਕੋਲ ਚਲੇ ਗਏ। ਕਹਿਣਾ ਮਤਲਬ ਜਿਹੜੇ 16 ਨੰਬਰ ਦੇ ਪਾਸਵਰਡ ਆ ਉਹ ਇੱਕ ਬੰਦੇ ਨਹੀਂ ਦਿੱਤੇ ਜਾਂਦੇ। ਹਾਂਜੀ ਹਾਂਜੀ, ਉਹਦੇ ਚ 8 ਦੂਸਰੇ ਬੰਦੇ ਕੋਲ ਹੁੰਦੇ ਆ, 8 ਹਾਂਜੀ ਦੂਸਰੇ ਬੰਦੇ ਕੋਲ, ਹਾਂ ਦੂਜੇ ਬੰਦੇ ਕੋਲ ਹੀ, ਵੀ ਦੋਨਾਂ ਦੀ ਸਹਿਮਤੀ ਨਾਲ ਹੋਇਆ ਉਹ। ਹਾਂਜੀ, ਲੋਡਿੰਗ ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ। ਤੇ ਹੁਣ ਤੁਸੀਂ ਕੀ ਤੁਹਾਡਾ ਕੀ ਤੁਹਾਨੂੰ ਨਿਸਾਬ ਨਹੀਂ ਮਿਲਿਆ 5 ਸਾਲ ਹੋ ਗਏ? ਇਹ ਜੀ ਕਫਲਾ ਜੀ ਥੋੜੇ ਮੋਟੇ ਦਾ ਨਹੀਂ, ਇਹ ਕਫਲਾ ਹੈਗਾ ਬਹੁਤ ਗੁਰੋਣਾ ਜਾਂਦਾ ਹੈ। ਬਾਈ ਚਾਂਸ ਇੱਕ ਇੱਕ ਏ ਟੀ ਐਮ 'ਚ ਕੋਈ 5,000 ਘੱਟ ਗਿਆ ਜਾਂ 10,000 ਘੱਟ ਗਿਆ ਇੱਕ ਦਿਨ 'ਚ, ਜਾਂ 14 ਏ ਟੀ ਐਮ ਦੇ ਲਾ ਲਓ, ਸ਼ਹਿਰ ਦੇ ਵਿੱਚੋਂ ਲਾ ਲਓ ਕਿੰਨੇ, ਅਤੇ ਇੰਡੀਆ 'ਚ ਵੀ ਲਾ ਲਓ ਕਿੰਨੇ, ਇਹ ਅਰਬਾਂ ਖਰਬਾਂ 'ਚ। ਇਹਨਾਂ ਨੂੰ ਬੀਮੇ ਨਾਲ ਮਤਲਬ ਹੈ ਜੀ, ਕੰਪਨੀ ਵਾਲਿਆਂ ਨੂੰ ਅਤੇ ਪੁਲਿਸ ਵਾਲਿਆਂ ਨੂੰ ਪੈਸੇ ਨਾਲ ਮਤਲਬ ਹੈ, ਅਤੇ ਇਹਨਾਂ ਬਾਕੀ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ ਲੱਗ, ਕਿਸੇ ਬੰਦਿਆਂ ਤਨਖਾਹ ਫੜਿਆ ਆ ਨਹੀਂ ਹੈਗਾ ਜਾਂ ਨਹੀਂ ਹੈਗਾ, ਇਹਨਾਂ ਕੋਈ ਮਤਲਬ ਨਹੀਂ। ਦੱਸ ਦਈਏ ਕਿ ਪੀੜਿਤ ਪਰਿਵਾਰ ਨੇ ਲਗਾਤਾਰ 2 ਸਾਲ ਪੁਲਿਸ ਥਾਣੇ ਅੱਗੇ ਧਰਨਾ ਦਿੱਤਾ, ਉਸ ਦੇ ਬਾਵਜੂਦ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ। 5 ਸਾਲ ਹੋ ਗਏ ਜੀ ਉਹਦੀ ਬਲੀਵਰਸ ਦਾ ਮੁੰਡਾ ਜੀ। ਦੇਖੋ ਜੀ, ਉਹ ਦੇਖੋ ਉਸ ਕੇਸ ਬਾਰੇ ਮੈਨੂੰ ਉਦੋਂ ਮੈਨੂੰ ਯਾਦ ਹੈ, ਉਦੋਂ ਅਸੀਂ ਬੜੀ ਸਾਰਿਆਂ ਨੇ ਕੋਸ਼ਿਸ਼ ਕੀਤੀ, ਪੈਰਵਾਈ ਕੀਤੀ। ਐਗਜੈਕਟਲੀ ਤਾਂ ਹੁਣ ਮੈਨੂੰ ਪਤਾ ਨਹੀਂ ਉਹ ਕਿਸ ਕਿਸ ਲੈਵਲ 'ਤੇ, ਸੋ ਉਹਦੇ ਬਾਰੇ ਮੈਂ ਕਿਉਂਕਿ ਮੈਨੂੰ ਨੌਲੇਜ 'ਚ ਨਹੀਂ ਹੈ, ਪੁੱਛਣਾ ਪਊਗਾ ਅਫਸਰਾਂ ਨੂੰ, ਉਹ ਪੁੱਛ ਕੇ ਦੱਸ ਸਕਦੇ। ਸਰ ਜੇ ਜੇਕਰ ਇਹਨਾਂ ਦਾ ਪਰਿਵਾਰ CBI ਜਾਂਚ ਕਰਵਾਉਣਾ ਚਾਹੁੰਦਾ ਤਾਂ ਉਹਨਾਂ ਦੀ ਤੁਸੀਂ ਹੈਲਪ ਕਰੋਗੇ ਇਸ ਤਰ੍ਹਾਂ ਦੀ? ਸਾਨੂੰ ਤਾਂ ਕੀ ਇਤਰਾਜ਼ ਹੈ, ਸਾਨੂੰ ਕੀ ਇਤਰਾਜ਼? ਉਹ ਤਾਂ ਹੁਣ ਦੇਖੋ ਜੀ, ਸਾਨੂੰ ਕੋਈ ਇਤਰਾਜ਼ ਨਹੀਂ, ਜੇ ਉਹ CBI ਤੋਂ ਕਰਾਉਣਾ ਚਾਹੁੰਦੇ CBI ਤੋਂ ਕਰਾਉਣ, ਹੋਰ ਕਿਸੇ ਏਜੰਸੀ ਤੋਂ ਕਰਾਉਣਾ ਚਾਹੁੰਦੇ ਹੋਰ ਕਿਸੇ ਏਜੰਸੀ ਤੋਂ ਕਰਾਉਣ, ਪਰ ਇਹ ਤਾਂ ਹੁਣ CBI ਨੇ ਦੇਖਣਾ ਉਹਨਾਂ ਨੇ ਲੈਣਾ ਕਿ ਨਹੀਂ ਲੈਣਾ, ਇਹਦੇ ਬਾਰੇ ਤਾਂ ਮੈਂ ਕੁਛ ਕਹਿ ਨਹੀਂ ਸਕਦਾ।